ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ। ਅੱਜ ਅਸੀਂ ਕਰ ਰਹੇ ਹਾਂ ਭਾਰਤ ਦੀ ਆਜ਼ਾਦੀ ਨੂੰ ਲੈ ਕੇ, ਅਸਲੀ ਮਾਇਨੇ ਕਿਹੜੇ ਹੋਣੇ ਚਾਹੀਦੇ ਨੇ ਆਜ਼ਾਦੀ ਨੂੰ ਲੈ ਕੇ। ਔਰ ਜਦ ਅਸੀਂ ਸੋਸ਼ਲ ਮੀਡੀਆ ਦੇ ਉੱਤੇ, ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਔਰ ਪ੍ਰਿੰਟ ਮੀਡੀਆ ਦੇ ਉੱਤੇ ਵੇਖਦੇ ਹਾਂ, ਕਈ ਸਾਡੇ ਜਿਹੜੇ ਪੱਤਰਕਾਰ ਨੇ ਜਦ ਉਹਨਾਂ ਨੂੰ ਲਿਖਣਾ ਹੁੰਦਾ ਲੇਖ ਭਾਰਤ ਨੂੰ ਲੈ ਕੇ, ਖਾਸ ਤੌਰ 'ਤੇ ਜਦ ਇਹ ਆਜ਼ਾਦੀ ਦਿਹਾੜਾ ਆਉਂਦਾ ਤਾਂ ਉਹਨਾਂ ਦੇ ਜ਼ਹਿਨ ਦੇ ਵਿੱਚ ਕੀ ਆਉਂਦਾ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਮੇਰੇ ਨਾਲ ਅਮਰ ਸਿੰਘ ਭੁੱਲਰ, ਪੱਤਰਕਾਰਿਤਾ ਇੰਡਸਟਰੀ ਦੇ, ਪੱਤਰਕਾਰਿਤਾ ਫੀਲਡ ਦੇ ਸਿਰਮੌਰ ਅਤੇ ਹਮਦਰਦ ਗਰੁੱਪ ਦੇ ਐਡੀਟਰ ਸਾਡੇ ਨਾਲ ਇਸ ਟਾਈਮ ਫੋਨ ਲਾਈਨ 'ਤੇ ਮੌਜੂਦ ਨੇ ਕੈਨੇਡਾ ਤੋਂ, ਟੋਰੰਟੋ ਤੋਂ। ਜਾਣਨ ਦੀ ਕੋਸ਼ਿਸ਼ ਕਰਦੇ ਕਿ ਇਸ ਮੁਤਲਕ ਉਹ ਕੀ ਕਹਿਣਾ ਚਾਹੁੰਦੇ ਹੈ। ਭੁੱਲਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਸਤਿ ਸ਼੍ਰੀ ਅਕਾਲ ਭੁੱਲਰ ਜੀ, ਮੈਂ ਜਾਣਨਾ ਚਾਹਾਂਗਾ ਜਦ ਭਾਰਤ ਦੀ ਗੱਲ ਹੁੰਦੀ ਹੈ, ਆਜ਼ਾਦੀ ਦੀ ਗੱਲ ਹੁੰਦੀ ਹੈ, ਅੱਜ ਲਗਭਗ 72 ਈਅਰਸ ਹੋ ਗਏ ਨੇ, ਤੁਸੀਂ ਅਗਰ ਆਰਟੀਕਲ ਲਿਖਣਾ ਚਾਹੁੰਦੇ ਹੋ ਜਾਂ ਲਿਖਦੇ ਹੋ ਤਾਂ ਤੁਹਾਡੇ ਜ਼ਹਿਨ ਦੇ ਵਿੱਚ ਔਰ ਇਸ ਕਲਮ ਦੇ ਵਿੱਚ ਕੀ ਕੁਝ ਲਿਖਿਆ ਜਾਂਦਾ? ਸਭ ਤੋਂ ਪਹਿਲਾਂ ਤਾਂ ਇਹ ਆਲੂ ਵਾਲੇ ਸਾਹਿਬ, ਜੇ ਆਪਾਂ ਦੇਖੀਏ ਸਾਡੀ ਉਹ ਜਨਮ ਭੂਮੀ ਹੈ ਜੀ, ਤੇ ਤਿੰਨ ਮਾਵਾਂ ਨੂੰ ਕਹਿੰਦੇ ਨੇ ਜਿਹੜਾ ਕੋਈ ਬੰਦਾ ਭੁੱਲ ਜਾਵੇ ਤੇ ਉਹ ਬੰਦੇ ਨੂੰ ਜਿਹੜਾ ਹੈਗਾ ਬਹੁਤਾ ਕੋਈ ਵਧੀਆ ਨਹੀਂ ਕਿਹਾ ਜਾ ਸਕਦਾ। ਇੱਕ ਸਾਡੀ ਆਪਣੀ ਮਾਂ ਹੁੰਦੀ ਹੈ ਜਨਮ ਦੇਣ ਵਾਲੀ, ਇੱਕ ਸਾਡੀ ਜਨਮ ਭੂਮੀ ਹੁੰਦੀ ਹੈ, ਇੱਕ ਸਾਡੀ ਮਾਤ ਭਾਸ਼ਾ ਹੁੰਦੀ ਹੈ, ਤੇ ਇਹ ਤਿੰਨ ਚੀਜ਼ਾਂ ਦੇ ਵਿੱਚੋਂ ਮੈਂ ਸਮਝਦਾ ਜਦੋਂ ਵੀ ਅਸੀਂ ਲਿਖਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ 'ਤੇ ਪ੍ਰਾਊਡ ਹੁੰਦਾ ਕਿ ਅਸੀਂ ਉਸ ਮਿੱਟੀ ਦੇ ਵਿੱਚੋਂ ਪੈਦਾ ਹੋ ਕੇ ਅੱਜ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਜੇ ਵਧੇ ਫੁੱਲਿਆ ਤਾਂ ਉਹਦੇ ਵਿੱਚ ਸਾਡਾ ਭਾਰਤ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਅੱਜ ਅਸੀਂ 72ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ, ਚਾਹੇ ਅਸੀਂ ਜਿਹੜੇ ਭਾਰਤ 'ਚ ਬੈਠੇ ਨੇ ਉਹ ਵੀ ਲੋਕ, ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹ ਵੀ, ਇਸ ਗੱਲ ਦੀ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਅੱਜ ਤੋਂ 72 ਸਾਲ ਪਹਿਲਾਂ ਸਾਨੂੰ ਜਿਹੜੀ ਆਜ਼ਾਦੀ ਮਿਲੀ, ਜੋ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ, ਜੋ ਉਹਨਾਂ ਦੇ ਮਨ 'ਚ ਸੀ, ਜੋ ਸੁਪਨੇ ਦਾ ਭਾਰਤ ਉਹਨਾਂ ਨੇ ਲਿਆ ਸੀ, ਉਹ ਬਿਲਕੁਲ ਮੈਂ ਮੰਨਦਾ ਕਿ ਉਹਨਾਂ ਦੇ ਸੁਪਨੇ ਦੇ ਮੁਤਾਬਕ, ਉਹਨਾਂ ਦੇ ਸੁਪਨਿਆਂ ਦੇ ਹਾਣ ਦਾ ਭਾਰਤ ਅੱਜ ਨਹੀਂ ਬਣ ਸਕਿਆ। ਪਰ ਫਿਰ ਵੀ ਆਪਾਂ ਜੇ ਦੇਖੀਏ 72 ਸਾਲਾਂ ਦੇ ਵਿੱਚ ਜੋ ਭਾਰਤ ਨੇ ਤਰੱਕੀ ਕੀਤੀ ਹੈ ਉਹ ਸ਼ਲਾਘਾਯੋਗ ਹੈ ਬਹੁਤ ਥਾਵਾਂ ਤੇ। ਜੇ ਆਪਾਂ ਦੇਖੀਏ ਹਰ ਪੱਖੋਂ ਕੋਈ ਵੀ ਕੰਟਰੀ ਜਿਹੜਾ ਹੈਗਾ, ਜੇ ਆਪਾਂ ਕਹੀਏ ਕਿ ਹਰ ਕੰਟਰੀ ਇਸ ਤਰੀਕੇ ਨਾਲ ਚੱਲ ਰਿਹਾ ਆਜ਼ਾਦੀ ਤੋਂ ਬਾਅਦ, ਜਿੰਨਾ ਵੀ ਕੰਟਰੀਆਂ ਨੇ ਆਪ ਆਪਣੀ ਆਜ਼ਾਦੀ ਲਈ, ਤੇ ਉਸ ਤੋਂ ਬਾਅਦ ਜੇ ਅਸੀਂ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕਰੀਏ, ਉਸ ਤੋਂ ਇਲਾਵਾ ਜੇ ਆਪਾਂ ਬਾਕੀ ਕੰਟਰੀਆਂ ਦੀ ਵੀ ਗੱਲ ਕਰਦੇ ਹਾਂ, ਉਹਨਾਂ ਕੰਟਰੀਆਂ ਦੇ ਵਿੱਚ ਇਸ ਤਰੀਕੇ ਦੀ ਅਲਵਾਲੇ ਸਾਹਿਬ ਆਜ਼ਾਦੀ ਦੀ ਜਿਹੜੇ ਆਪਾਂ ਮਹੀਨੇ ਕਈ ਤਰੀਕੇ ਨਾਲ ਲਾਉਂਦੇ ਹਾਂ, ਪਰ ਉੱਥੇ ਦਾ ਸਿਸਟਮ ਮੈਂ ਸਮਝਦਾ ਕਿ ਕਈ ਥਾਵਾਂ ਤੇ ਸਿਸਟਮ ਤੇ ਸਾਡੀ ਜਿਹੜੀ ਉੱਥੇ ਰਾਜਨੀਤੀ ਹੈ ਨਾ, ਉਹਨੂੰ ਜਾਂ ਦਖਲਦਾਜ਼ੀ ਹੈ। ਜੇ ਅਸੀਂ ਖਾਸ ਕਰਕੇ ਦੇਖੀਏ ਜਿਹੜੀ ਪੋਲੀਟਿਕਸ ਦੀ ਜਿਹੜੀ ਇੰਟਰਫੇਰੈਂਸ ਹੈ ਪੁਲਿਸ ਦੇ ਵਿੱਚ ਹੈ, ਹੋਰ ਅਦਾਰਿਆਂ ਦੇ ਵਿੱਚ ਹੈ, ਉਹ ਕਾਫੀ ਹੱਦ ਤੱਕ ਹੁਣ ਘਟੀ ਆ, ਪਰ ਜਿੰਨੀ ਕੁ ਵੀ ਹੈ ਉਹਦੇ ਨਾਲ ਕਾਫੀ ਥਾਵਾਂ ਤੇ ਉਹਨਾਂ ਨੂੰ ਕਾਫੀ ਉਹਦੇ ਤੇ ਬੁਰਾ ਅਸਰ ਵੀ ਪਾਉਂਦੀ ਆ, ਕਈ ਥਾਵਾਂ ਤੇ ਚੰਗਾ ਬਹੁਤ ਘੱਟ ਪਾਉਂਦੇ ਆ। ਇਸ ਤਰੀਕੇ ਨਾਲ ਆਪਾਂ ਦੇਖੀਏ ਹੁਣ ਜੇ ਆਪਾਂ ਆਲੂ ਵਾਲੇ ਸਾਹਿਬ ਦੇਖੀਏ, ਅੱਜ ਦੁਨੀਆ ਭਰ ਦੇ ਵਿੱਚ ਭਾਰਤ ਦੀ ਜੁਡੀਸ਼ਰੀ CBI ਦੀ ਜਿਹੜੀ ਹੈਗੀ ਕੋਈ ਉਹਦੇ ਵੱਲ ਉਂਗਲ ਨਹੀਂ ਕਰ ਸਕਦਾ, ਉਹਨਾਂ ਨੇ ਬੜਾ ਜਿਹੜਾ ਹੈਗਾ ਵਿਦੇਸ਼ਾਂ ਦੇ ਵਿੱਚ ਜੇ ਦੇਖੀਏ ਅਦਾਲਤਾਂ ਨੇ ਬੜੇ ਬੜੇ ਮੰਤਰੀ ਜਿਹੜੇ ਨੇ ਅੱਜ ਜੇਲ੍ਹਾਂ 'ਚ ਬੈਠੇ ਨੇ, ਤੇ ਹੁਣ ਉੱਥੇ ਇੰਨੀ ਵੱਡੀ ਗੱਲ ਨਹੀਂ ਹੈ ਕਿ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਮੀਡੀਆ ਦੀ ਸੁਤੰਤਰਤਾ ਉੱਥੇ ਜੇ ਲੋਕਤੰਤਰ ਜਿਹੜਾ ਉਹ ਭੀੜਤੰਤਰ ਹੋ ਰਿਹਾ। ਲੋਕਤੰਤਰ ਦੇਖੋ, ਲੋਕਤੰਤਰ ਤਾਂ ਆਪਾਂ ਦੁਨੀਆਂ ਭਰ ਦੇ ਵਿੱਚ ਹੀ ਦੇਖੀਏ, ਕਈ ਥਾਵਾਂ ਤੇ ਇਕੱਲੇ ਭਾਰਤ ਦੀ ਗੱਲ ਨਹੀਂ ਆਪਾਂ ਕਰ ਸਕਦੇ, ਲੋਕਤੰਤਰ ਦੱਸਦੇ ਆਪਾਂ ਪਾਕਿਸਤਾਨ ਦੀ ਗੱਲ ਕਰ ਲਓ, ਜਿਹੜਾ ਉਂਗਲੀ ਦਾ ਹਰ ਥਾਂ ਤੇ ਉੱਠ ਰਹੀ ਹੈ, ਚਾਹੇ ਅਮਰੀਕਾ ਹੋਵੇ, ਚਾਹੇ ਉਹ ਕੈਨੇਡਾ, ਚਾਹੇ ਜਿਹੜੇ ਲੋਕਤੰਤਰ ਦੇਸ਼ ਵੀ ਨੇ ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦੀਆਂ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਵੀ ਇੱਥੇ ਦੇਖ ਰਹੇ ਹਾਂ, ਤੇ ਪਰ ਮੈਂ ਸਮਝਦਾ ਕਿ ਜਿਹੜੇ ਲੋਕ ਨੇ ਉੱਥੇ ਦੇ ਹੁਣ ਅੱਗੇ ਵਾਲੀ ਗੱਲ ਨਹੀਂ ਹੈਗੀ, ਬੜੇ ਲੋਕ ਜਿਹੜੇ ਨੇ ਜਾਗਰੂਕ ਹੋ ਚੁੱਕੇ ਨੇ, ਸਿਆਣੇ ਨੇ, ਪੜ੍ਹੇ ਲਿਖੇ ਨੇ। ਜੇ ਅਸੀਂ ਅੱਜ ਦੇਖੀਏ ਉੱਥੋਂ ਸਾਡੇ ਲੱਖਾਂ ਸਟੂਡੈਂਟ ਜਿਹੜੇ ਨੇ, ਐਜੂਕੇਸ਼ਨ ਸਿਸਟਮ ਜੇ ਵਧੀਆ ਸੀ ਤਾਂ ਹੀ ਉਹ ਪੜ੍ਹ ਕੇ ਇਹਨਾਂ ਦੇ ਹਾਣਦੇ ਹੋਏ, ਤਾਂ ਹੀ ਸਾਡੇ ਸਟੂਡੈਂਟ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਿਹੜਾ ਹੈਗਾ ਹੋਰ ਦੇਸ਼ਾਂ ਦੇ ਵਿੱਚ ਪਹੁੰਚ ਰਹੇ ਨੇ। ਉਹਦਾ ਰੀਜ਼ਨ ਇਹੀ ਹੈ ਕਿ ਉੱਥੇ ਜੇ ਸਿਸਟਮ ਇੰਨਾ ਮਾੜਾ ਹੁੰਦਾ ਤਾਂ ਅਸੀਂ ਇੱਥੇ ਤੱਕ ਨਹੀਂ ਪਹੁੰਚ ਸਕਦੇ। ਅੱਜ ਦੁਨੀਆਂ ਦੀ ਜਿਹੜੀ ਹੈ ਇੱਕ ਜਿਹੜੀ ਤਾਕਤ ਬਣ ਗਿਆ ਭਾਰਤ, ਇਸੇ ਕਰਕੇ ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਚਾਹੇ ਹੋਰ ਕੰਟਰੀ ਲਾ ਲਓ, ਉਹ ਸਾਰੇ ਭਾਰਤ ਨਾਲ ਦੋਸਤੀ ਕਰਨਾ ਚਾਹੁੰਦੇ ਨੇ, ਬਿਜ਼ਨਸ ਕਰਨਾ ਚਾਹੁੰਦੇ ਨੇ, ਕਿਉਂਕਿ ਬਹੁਤ ਵੱਡੀ ਮਾਰਕੀਟ ਹੈ। ਚਾਈਨਾ ਤੋਂ ਬਾਅਦ ਆਬਾਦੀ ਦੇ ਹਿਸਾਬ ਨਾਲ ਜਿਹੜਾ ਭਾਰਤ ਹੈ ਬਹੁਤ ਵੱਡਾ ਵਿਸ਼ਾਲ ਦੇਸ਼ ਹੈ, ਤੇ ਉਹ ਇੱਕ ਆਪਣੇ ਆਪ ਦੀ ਹੁਣ ਜਿਹੜੀ, ਜੇ ਅਸੀਂ ਅੱਜ ਤੋਂ 50 ਸਾਲ ਪਹਿਲਾਂ ਈਵਨ
40 ਸਾਲ 30 ਸਾਲ ਪਹਿਲਾਂ ਵੀ ਜਾਈਏ ਉਹ ਉਹੀ ਜੀ ਸ਼ਕਤੀ ਨਹੀਂ ਸੀ ਜਿਹੜੀ ਅੱਜ ਬਣ ਚੁੱਕਿਆ ਪਾਰਕ ਜੀ। ਕਮੀਆਂ ਪੇਸ਼ੀਆਂ ਜ਼ਰੂਰ ਨੇ ਉਹ ਮੈਂ ਮੰਨਦਾ ਲੋਕ ਸਰ ਕੀ ਲੱਗਦਾ ਤੁਹਾਨੂੰ ਕਿ ਡਿਵੈਲਪਿੰਗ ਤੋਂ ਡਿਵੈਲਪਡ ਕਿਵੇਂ ਹੋਏਗਾ? ਦੇਖੋ ਡੇ ਬਾਈ ਡੇ ਮੈਂ ਸਮਝਦਾ ਚੇਂਜਿਸ ਆ ਰਹੀਆਂ ਨੇ ਜੀ, ਬਹੁਤ ਚੇਂਜਿਸ ਆਉਣਗੀਆਂ। ਦੂਜੇ ਕੰਟਰੀਆਂ ਨੂੰ ਦੇਖ ਕੇ ਬੜਾ ਉੱਥੇ ਫਰਕ ਪੈ ਰਿਹਾ। ਵੱਖ ਵੱਖ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਵੀ ਇਹ ਗੱਲ ਨੂੰ ਸਮਝਦੀਆਂ ਨੇ ਕਿ ਅਸੀਂ ਹੁਣ ਲੋਕ ਇੰਨੇ ਬੁੱਧੂ ਨਹੀਂ ਰਹੇ ਜਿੰਨੇ ਅੱਜ ਤੋਂ 40 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਹੁੰਦੇ ਸੀ। ਅੱਖਾਂ ਬੰਦ ਕਰਕੇ ਵੋਟਾਂ ਨਹੀਂ ਪਾਉਂਦੇ। ਤੁਸੀਂ ਦੇਖੋਗੇ ਅਗਲੇ ਸਾਲ ਉੱਥੇ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ, ਉੱਥੇ ਏਡਾ ਸੌਖਾ ਨਹੀਂ ਹਰ ਪਾਰਟੀ ਦੇ ਲਈ ਜਿੱਤਣਾ ਜਾਂ ਮੋਦੀ ਸਾਹਿਬ ਦੁਆਰਾ ਪ੍ਰਧਾਨ ਮੰਤਰੀ ਬਣ ਲਈ। ਉਹਨਾਂ ਨੂੰ ਬੜੀ ਜਿਹੜੀ ਹੈਗੀ ਆ ਬੜੀ ਮਿਹਨਤ ਕਰਨੀ ਪਊਗੀ। ਲੋਕ ਦੇਖਦੇ ਨੇ, ਵਿਸ਼ਵਾਸ ਕਰਦੇ ਨੇ, ਪਰ ਮੈਂ ਇਹ ਸਮਝਦਾ ਕਿ ਭਾਰਤ ਇੱਕ ਅਜਿਹਾ ਲੋਕਤੰਤਰ ਹੈ ਜਿੱਥੇ 90 ਦਿਨ ਦੇ ਵਿੱਚ ਦੋ ਦੋ ਪ੍ਰਧਾਨ ਮੰਤਰੀ ਬਦਲੇ ਬਿਨਾਂ ਕਿਸੇ ਖੂਨ ਖਰਾਬੇ ਦੇ। ਕਿੰਨੇ ਕੰਟਰੀ ਨੇ ਜਿੱਥੇ ਲੋਕਤੰਤਰ ਜਿੰਨੀ ਭਾਰਤ ਦੀ ਮਜ਼ਬੂਤ ਹੈ? ਮੈਂ ਸਮਝਦਾ ਦੁਨੀਆਂ ਦੇ ਵਿੱਚ ਇੱਕ ਬਹੁਤ ਪਹਿਲੇ ਦਰਜੇ ਦੀ ਆਪਾਂ ਕਹਿ ਸਕਦੇ ਹਾਂ ਕਿ ਲੋਕਤੰਤਰ ਲੋਕਤੰਤਰ ਦਾ ਘਾਣ ਹੋ ਰਿਹਾ ਭਾਰਤ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ। ਦੇਖੋ ਅਸੀਂ ਬਾਹਰ ਬੈਠ ਕੇ ਗੱਲਾਂ ਕਰਦੇ ਹਾਂ, ਜਿਹੜੇ ਬਾਹਰ ਦੀ ਧਰਤੀ ਦੇ ਬੱਚੇ ਨੇ ਉਹ ਵੀ ਜੇ ਅਸੀਂ ਦੇਖੀਏ, ਕੁਝ ਦਿਨ ਪਹਿਲਾਂ ਇੰਗਲੈਂਡ ਦੀ ਧਰਤੀ ਤੇ ਵੀ ਇੱਕ ਵੱਡਾ ਇਕੱਠ ਹੋਇਆ। ਮੈਂ ਸਮਝਦਾ ਠੀਕ ਹੈ, ਜਿਹੜੇ ਵੀ ਭਾਰਤ ਦੇ ਜੰਮੇ ਜਾਏ ਲੋਕ ਨੇ ਬਾਹਰ ਬੱਚੇ ਨੇ, ਹਰ ਇੱਕ ਨੂੰ ਜਿਵੇਂ ਸਾਡੇ ਪੇਕਾ ਘਰ ਆਏ ਕਿਸਮ, ਜਿਵੇਂ ਕੁੜੀਆਂ ਆਪਣੇ ਪੇਕੇ ਘਰ ਦਾ ਖਿਆਲ ਰੱਖਦੀਆਂ ਨੇ, ਅਸੀਂ ਇੱਥੇ ਸਾਡੀ ਉਹ ਜਨਮ ਭੂਮੀ ਆ, ਇਹ ਕਰਮ ਭੂਮੀ ਆ। ਅਸੀਂ ਕਿਤੇ ਵੀ ਬੈਠੇ ਹੋਈਏ ਸਾਡੀਆਂ ਉੱਥੇ ਜਾ ਆਪਾਂ ਮੀਡੀਆ ਦੇ ਵਿੱਚ ਆ, ਤੁਸੀਂ ਦੇਖੋ ਜੇ ਤੁਸੀਂ ਅਮਰੀਕਾ ਦਾ ਕੋਈ ਆਪਾਂ ਬਿਜ਼ਨਸ ਸ਼ੁਰੂ ਕਰਦੇ ਗੱਲਬਾਤ ਕਰਦੇ ਹਾਂ, ਅਮਰੀਕਾ ਦੇ ਵਿੱਚ ਇੱਥੋਂ ਦੀ ਕੋਈ ਡਿਟੇਲ ਗੱਲ ਕਰਦੇ ਹਾਂ ਤਾਂ ਹੁੰਦਾ ਕੀ ਹੈ ਕਿ ਉਹਦੇ ਨਾਲੋਂ ਪੰਜਾਬ ਦੀ ਭਾਰਤ ਦੀ ਰਾਜਨੀਤੀ ਚ ਸਾਡੇ ਸਿਰਾਂ ਦੇ ਲੋਕ ਜ਼ਿਆਦਾ ਇੰਟਰਸਟ ਆ ਗਏ। ਤੇ ਜੇ ਜੇ ਹੁਣ ਆਪਾਂ ਇੱਥੇ ਬੈਠੇ ਵੀ ਹਾਂ, ਅਸੀਂ ਹਮੇਸ਼ਾ ਖਿਆਲ ਰਹਿੰਦਾ ਜਿਹੜੇ ਲੋਕ ਕਹਿੰਦੇ ਨੇ, ਮੈਂ ਇਹ ਸਮਝਦਾ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਉੱਥੇ ਹਿੰਦੁਸਤਾਨ ਦੇ ਵਿੱਚ ਜਾ ਕੇ ਇੰਟਰਸਟ ਲੈਣ, ਤੇ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਅਸੀਂ ਉੱਥੇ ਬੈਠ ਕੇ ਦੂਰ ਕਰ ਸਕਦੇ ਹਾਂ, ਨਾ ਕਿ ਵਿਦੇਸ਼ਾਂ ਦੇ ਵਿੱਚ ਬੈਠ ਕੇ। ਗਰਾਊਂਡ ਲੈਵਲ ਤੇ ਜਾ ਕੇ ਉੱਥੇ ਕੰਮ ਹੋਏ ਤਾਂ ਜਿਹੜੀਆਂ ਗੱਲਾਂ ਇੰਟਰਨੈਸ਼ਨਲ ਪਲੇਟਫਾਰਮ ਤੇ ਹੁੰਦੀਆਂ ਸਿੱਖ ਡਾਇਸਪੋਰਾ ਵੱਲੋਂ, ਉਹ ਅਗਰ ਉਹ ਜਾ ਕੇ ਉੱਥੇ ਗਰਾਊਂਡ ਲੈਵਲ ਤੇ ਕਰਨਗੇ, ਕਿੱਥੇ ਨਾ ਕਿੱਥੇ ਅਮਲੀਜਾਮਾ ਪਨਾਇਆ ਜਾ ਸਕਦਾ ਸਾਰੀ ਗੱਲਾਂ ਨੂੰ। ਬਿਲਕੁਲ ਜੀ 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 ਬਹੁਤ ਬਹੁਤ ਧੰਨਵਾਦ ਪੁੱਲਰ ਸਾਹਿਬ, ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ। ਥੈਂਕ ਯੂ ਜੀ ਅਗੇਨ, ਤੁਹਾਡਾ ਬਹੁਤ ਵੈਲਿਊਬਲ ਸਾਹਿਬ ਤੁਹਾਡਾ, ਤੇ ਜਦ ਜਿਹੜੇ ਟੀਵੀ ਦੀ ਮੈਨੇਜਮੈਂਟ ਦਾ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਮੈਨੂੰ ਬਹੁਤ ਗੱਲਬਾਤ ਕਰਨ ਦਾ ਮੌਕਾ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੇਰੇ ਨਾਲ ਦਰਸ਼ਕ ਕਾਫੀ ਸਾਰੇ ਜੁੜਨੇ ਸ਼ੁਰੂ ਹੋ ਗਏ ਨੇ, ਜੇਕਰ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਔਰ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਕਾਲਸ ਲੈਣੀ ਸ਼ੁਰੂ ਕਰਦੇ ਹਾਂ ਜੀ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁਤਲਕ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਹਰਕੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਭੋਗਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ? ਇਕਦਮ ਵਧੀਆ, ਤੁਸੀਂ ਸੁਣਾਓ? ਠੀਕ ਆ, ਠੀਕ ਆ, ਬਿਲਕੁਲ। ਤੇ ਬਾਕੀ ਅੱਜ ਜਿਹੜਾ ਆਜ਼ਾਦੀ ਦਿਨ ਜਸ਼ਨ ਮਨਾ ਰਹੇ ਨੇ ਆਪਣੇ ਹਰਕੀਰ ਸਿੰਘ, ਚਲੋ ਜਿਹੜੇ 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 ਮਨਾਉਂਦੇ ਨੇ ਮੁਬਾਰਕ ਆ, ਉਹਨਾਂ ਨੂੰ ਵਧਾਈ ਆ, ਅਸੀਂ ਇਸ ਗੱਲ 'ਚ ਨਹੀਂ, ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਆਜ਼ਾਦੀ ਦਾ ਅਸਲੀ ਜਿਹੜਾ ਭਾਵ ਆ ਉਹਦਾ ਇਹ ਹੁੰਦਾ ਵੀ ਹਰ ਇੱਕ ਨੂੰ ਬੋਲਣ ਦਾ ਹੱਕ ਹੋਵੇ। ਆਜ਼ਾਦੀ ਦਾ ਭਾਵ ਹੁੰਦਾ ਵੀ ਹਰ ਇੱਕ ਨੂੰ ਆਪੋ ਆਪਣਾ ਧਰਮ ਪ੍ਰਚਾਰਨ ਤੇ ਪ੍ਰਸਾਰਨ ਦੀ ਖੁੱਲ੍ਹ ਹੋਵੇ, ਤੇ ਇਹਨਾਂ ਦੋਨਾਂ ਚੀਜ਼ਾਂ ਤੇ ਰੋਕ ਲੱਗੀ ਹੋਈ ਆ, ਤੇ ਆਜ਼ਾਦੀ ਉਹਨਾਂ ਲਈ ਆ ਜਿਹੜੇ ਕਾਤਲ ਨੇ ਬਾਹਰ ਉਹ ਆਜ਼ਾਦ ਘੁੰਮਦੇ ਨੇ ਦਿੱਲੀ ਦੇ ਵਿੱਚ, ਕਿਹਨੂੰ ਨਹੀਂ ਪਤਾ ਇਸ ਗੱਲ ਦਾ? ਇਹਦਾ ਮਤਲਬ ਆਜ਼ਾਦੀ ਤੇ ਭ੍ਰਿਸ਼ਟ ਲੋਕਾਂ ਲਈ ਆ ਜਾਂ ਫਿਰ ਕਾਤਲਾਂ ਵਾਸਤੇ ਹੀ ਆ ਜਿਹੜੇ ਖੁੱਲੇ ਫਿਰਦੇ ਨੇ, ਆਜ਼ਾਦ ਫਿਰਦੇ ਨੇ ਉਸ ਭਾਰਤ ਦੇ ਵਿੱਚ ਕਾਤਲ ਆਜ਼ਾਦ ਫਿਰਦੇ ਨੇ, ਇਹ ਉੱਥੇ ਹੀ ਹੋ ਸਕਦਾ ਬਾਹਰਲੇ ਮੁਲਕਾਂ ਵਿੱਚ, ਉਹ ਅੰਦਰ ਹੋਣੇ ਸੀ ਹੁਣ ਨੂੰ ਇਹ ਮਹਾ ਜਿਹਨੂੰ ਮਹਾਭਾਰਤ ਕਹਿੰਦੇ ਉੱਥੇ ਹੋ ਰਿਹਾ ਸਾਰਾ ਕੁਛ, ਤੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਜਿੰਨੇ ਸੁਣ ਰਹੇ ਨੇ ਵੀ ਉਹ ਆਜ਼ਾਦੀ ਉਹਨੂੰ ਕਹਿੰਦੇ ਨੇ ਜਿੱਥੇ 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 ਕਾਤਲ ਤੇ ਭ੍ਰਿਸ਼ਟ ਆਜ਼ਾਦ ਫਿਰਦੇ ਹੋਣ, ਜਾਂ ਆਜ਼ਾਦੀ ਉਹਨੂੰ ਕਹਿੰਦੇ ਨੇ ਜਿੱਥੇ ਕਾਤਲ ਤੇ ਭ੍ਰਿਸ਼ਟ ਅੰਦਰ ਹੋਣੇ ਚਾਹੀਦੇ ਨੇ ਤੇ ਬਾਕੀਆਂ ਨੂੰ, ਤਾਂ ਕਿ ਬਾਕੀ ਦੇ ਜਿਹੜੇ ਲੋਕ ਨੇ ਉਹ ਸੁੱਖ ਦਾ ਸਾਹ ਲੈ ਸਕਣ, ਉਹ ਜਿਹਨੂੰ ਆਜ਼ਾਦੀ ਕਹਿੰਦੇ ਨੇ ਉਹਦਾ ਆਨੰਦ ਮਾਣ ਸਕਣ, ਤੇ ਨਾਲੇ ਜਿਹੜੀ ਤੁਸੀਂ ਵਿਕਾਸ ਦੀ ਕੀਤੀ ਆ ਜਾਂ ਭਾਈ ਸਾਹਿਬ ਕਰਕੇ ਗਏ ਨੇ, ਬੜਾ ਵਿਕਾਸ ਹੋ ਰਿਹਾ। ਦੇਖੋ ਆਪਣੇ ਹਰਕੀਰ ਸਿੰਘ ਜੀ, ਵਿਕਾਸ ਜਿਹੜਾ ਅਸਲੀ ਸਹੀ ਵਿਕਾਸ ਦਾ ਜਿਹੜੀ ਪਰਿਭਾਸ਼ਨ ਆ ਡੈਫੀਨੇਸ਼ਨ ਆ, ਉਹ ਤਾਂ ਉਹ ਆ ਕਿ ਜੇ ਹਰ ਬੰਦੇ ਨੂੰ ਰੋਟੀ ਕੱਪੜਾ ਮਕਾਨ ਦੀ ਲੋੜ ਉਹਦੇ ਕੋਲ ਹੋਵੇ, ਜਾਂ ਜਿਹਨੂੰ ਆਪਾਂ ਕੁੱਲੀ ਗੁੱਲੀ ਜੁੱਲੀ ਵੀ ਕਹਿ ਦਿੰਦੇ ਹਾਂ,
फिर तो विकास हैगा। जे विकास हुण मून ते जाके उत्थे झंडे गड़ने आ ते मुल्क दा बुरा हाल होया जमीनी पद्धर ते तो उहनूं मैनूं ते लगदा नहीं कोई कोई मूर्ख कहेगा वो विकास वा। जी 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 है ना जी। ते इह ते ठीक आ, इह जिहड़ी आजादी आ इह सरमाएदारां लई ते अमीरां लई ते होएगी। ਉਹ ਮਨਾ ਵੀ ਰਹੇ ਜਸ਼ਨ ਜਿਹਨਾਂ ਨੇ ਪਹਿਲਾਂ ਤੇ ਭਾਰਤ ਵਿੱਚ ਬੈਂਕ ਭਰ ਲਏ ਨੇ, ਕਹਿਣ ਨਾਂ ਲੈਣ ਦੀ ਲੋੜ ਨਹੀਂ, ਸਾਰੀ ਦੁਨੀਆ ਨੂੰ ਪਤਾ, ਸਾਰੇ ਲੋਕ ਅਖਬਾਰਾਂ ਪੜ੍ਹਦੇ ਨੇ, ਮੀਡੀਆ ਤੇ ਦੇਖਦੇ ਨੇ, ਉਹਨਾਂ ਵਾਸਤੇ ਤੇ ਬਿਲਕੁਲ ਆਜ਼ਾਦੀ ਆ। ਜਿਹਨਾਂ ਨੇ ਉੱਥੇ ਦੇ ਪਹਿਲਾਂ ਬੈਂਕ ਭਰੇ ਨੇ, ਫਿਰ ਬਾਹਰਲੇ ਮੁਲਕਾਂ ਦੇ ਬੈਂਕ ਭਰ ਦਿੱਤੇ ਨੇ, ਜੀ 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 ਜੀ, ਉਹਨਾਂ ਵਾਸਤੇ ਤਾਂ ਹੈਗੀ ਆ। ਗਰੀਬਾਂ ਵਾਸਤੇ ਕਾਹਦੀ ਆਜ਼ਾਦੀ ਆ ਜੀ ਜੀ ਜੀ। ਤੇ ਨਾਲੇ ਖਾਸ ਕਰਕੇ ਪੰਜਾਬ ਨਾਲ ਤਾਂ ਪੰਜਾਬ ਨੇ ਤਾਂ ਬੜਾ ਸੰਤਾਪ ਹੰਢਾਇਆ ਹਰਕੀਰ ਸਿੰਘ ਜੀ, ਮੈਨੂੰ ਪਤਾ ਤੁਹਾਨੂੰ ਤਾਂ ਪਤਾ ਹੀ ਆ ਨਾ, ਪੰਜਾਬ ਨਾਲ ਪਹਿਲਾਂ ਤੋਂ ਹੀ ਇੰਨੇ ਵਾਅਦੇ ਹੁੰਦੇ ਰਹੇ ਨੇ, ਪਰ 47 ਤੋਂ ਬਾਅਦ ਤਿਕੜੀ ਜਿਹੜੀ ਸੀ ਗਾਂਧੀ ਨਹਿਰੂ ਤੇ ਵੱਲਭ ਭਾਈ ਪਟੇਲ, ਇਹ ਸਾਰੇ ਇਹਨਾਂ ਵਾਅਦਿਆਂ ਤੋਂ ਮੁੱਕਰ ਗਏ। ਔਰ ਜਿਹੜਾ ਹਾਲ ਪੰਜਾਬ ਦਾ ਹੋਇਆ ਕਿਸੇ ਸਟੇਟ ਦਾ ਨਹੀਂ ਹੋਇਆ ਹਿੰਦੁਸਤਾਨ ਦੇ ਵਿੱਚ, ਕਿਸੇ ਵੀ ਸਟੇਟ ਦਾ ਨਹੀਂ, ਔਰ ਅੱਜ ਤੱਕ ਹੋ ਰਿਹਾ। ਤੇ ਇਹਨੂੰ ਜੇ ਹੁਣ ਆਜ਼ਾਦੀ ਆਪਾਂ ਕਹਿੰਦੇ ਹਾਂ ਤੇ ਵਿੱਚ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਕਹਿਣ ਦਿਓ, ਕੋਈ ਸਾਨੂੰ ਇਤਰਾਜ਼ ਨਹੀਂ ਆ, ਪਰ ਲੇਕਿਨ ਇਹ ਸਹੀ ਮਾਨਿਆਂ ਦੇ ਵਿੱਚ ਇਹ ਆਜ਼ਾਦੀ ਦੀ ਡੈਫੀਨੇਸ਼ਨ ਨਹੀਂ ਹੈ, ਪਰਿਭਾਸ਼ਾ ਨਹੀਂ ਹੈ, ਨਾ ਹੋ ਹੀ ਸਕਦੀ ਹੈ। ਜਾਤੀਵਾਦ ਤੋਂ ਔਰ ਇਹਨਾਂ ਗੱਲਾਂ ਤੋਂ ਆਜ਼ਾਦ ਹੋਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਮੈਂ ਕਹਿੰਦਾ ਦੇਖੋ ਜੀ, ਜਿਹਨੂੰ ਮਰਜ਼ੀ ਉਹ ਕੁੱਟ ਸੁੱਟਦੇ ਨੇ ਫੜ ਕੇ ਵੀ ਤੂੰ ਗਊ ਦਾ ਮਾਸ ਖਾਧਾ, ਜਿਹਨੂੰ ਮਰਜ਼ੀ ਕੁੱਟ ਸੁੱਟਦੇ ਨੇ, ਤੂੰ ਕਕਾਰ ਪਾਏ ਨੇ, ਤੂੰ ਪੱਗ ਦੀ ਤੈਨੂੰ ਕੀ ਲੋੜ, ਯਾਰੋ ਹੱਦ ਹੋ ਗਈ। ਜੇ ਇਹਨੂੰ ਆਜ਼ਾਦੀ ਕਹਿੰਦੇ ਨੇ ਤੇ ਫਿਰ ਗੁਲਾਮੀ ਕਿਹਨੂੰ ਕਹਿੰਦੇ ਨੇ? ਜੀ 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 ਜੀ, ਸਮਝ ਗਏ ਨਾ ਤੁਸੀਂ? ਜੇ ਇਸ ਕੰਮ ਨੂੰ ਇਹ ਆਜ਼ਾਦੀ ਕਹਿੰਦੇ ਨੇ, ਜਿਹਨੂੰ ਮਰਜ਼ੀ ਕੁੱਟ ਸਿੱਟੋ, ਜਿਹਨੂੰ ਮਰਜ਼ੀ ਅੰਦਰ ਕਰਦੇ, ਜਿਹਦਾ ਮਰਜ਼ੀ ਕਤਲ ਕਰਦੇ ਹੋ, ਤੇ ਫਿਰ ਗੁਲਾਮੀ ਕਿਹਨੂੰ? ਉਹਦੀ ਡੈਫੀਨੇਸ਼ਨ ਕੀ ਹੋਈ ਵੇ ਆਪਣੇ ਹਰਕੀਰ ਸਿੰਘ ਜੀ? ਜੀ 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 ਜੀ, ਸਮਝ ਗਏ ਨਾ? ਬਿਲਕੁਲ ਸਹੀ ਗੱਲ ਹੈ ਭੋਗਲ ਜੀ, ਹੈ ਨਾ ਜੀ। ਤੇ ਬਾਕੀ ਇੱਕ ਦੋ ਮਿੰਟ ਤੁਸੀਂ ਮੈਨੂੰ ਦੇ ਸਕਦੇ ਹੋ? ਬਿਲਕੁਲ ਬਿਲਕੁਲ, ਤੁਸੀਂ ਲਿਖਿਆ ਹੋਣਾ ਸ਼ੇਰ ਆਪਣਾ ਜ਼ਰੂਰ ਸੁਣਾਓ ਅੱਜ ਜੀ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਹਾਂ ਜੀ ਬਿਲਕੁਲ ਬਿਲਕੁਲ, ਦਿਲ ਦੀ ਭਾਫ ਹੀ ਕੱਢਣੀ ਹੁੰਦੀ ਹੈ ਨਾ। ਜਲਦੀ ਕਰਿਓ ਕਿਉਂਕਿ ਬਹੁਤ ਸਾਰੇ ਕਾਲਰ ਸਾਨੂੰ ਕਾਲ ਕਰ ਰਹੇ ਨੇ। ਹਾਂ ਜੀ ਜੀ, ਮੈਨੂੰ ਪਤਾ ਆਪਣੇ ਹਰਕੀਰ ਸਿੰਘ ਜੀ, ਮੈਂ ਇਸ ਤਰ੍ਹਾਂ ਲਿਖਿਆ ਵੀ ਆ ਨੇ ਆਜ਼ਾਦੀ ਏ ਬਹਿ ਨੀ ਆਜ਼ਾਦੀ ਏ ਜੀ, ਆ ਨੀ ਆਜ਼ਾਦੀ ਏ ਬਹਿ ਨੀ ਆਜ਼ਾਦੀ ਏ, ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀ ਏ, ਤੂੰ ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀ ਏ ਜੀ। ਲਿਖਿਆ ਬਈ ਦੇਸ਼ ਮੇਰਾ ਵੇਖ ਕਦੇ ਲੋਧੀਆਂ ਨੇ ਲੁੱਟਿਆ, ਕਦੇ ਖਿਲਜੀਆਂ ਅਫਗਾਨੀਆਂ ਦੁਰਾਨੀਆਂ ਨੇ ਕੁੱਟਿਆ, ਤੁਰਕੀਆਂ ਇਰਾਨੀਆਂ ਕਹਿਰਾਂ ਦਾ ਸਤਾਇਆ ਸੀ, ਮੁਗਲਾਂ ਨੇ ਝੰਡਾ ਇਸਲਾਮ ਦਾ ਚਲਾਇਆ ਸੀ, ਕਹਿ ਦੁੱਖ ਤੇ ਤਸੀਹੇ ਅਸੀਂ ਚੱਲੇ ਨੀ ਆਜ਼ਾਦੀਏ, ਆ ਨੀ ਆਜ਼ਾਦੀਏ ਬਹਿ ਨੀ ਆਜ਼ਾਦੀਏ, ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ। ਇੱਕ ਬੰਨੇ ਜਾਵਰ ਬਾਬਰ ਦਾ ਝੂਠ ਤੇ ਤੂਫਾਨ ਸੀ, ਦੂਜੇ ਗੁਰੂ ਨਾਨਕ ਦਾ ਇਲਾਹੀ ਫੁਰਮਾਨ ਸੀ, 200 ਵਰੇ ਬਹੁਤ ਸ਼ੁਕਰੀਆ 200 ਵਰੇ ਗੋਰਿਆਂ ਨੇ ਸਾਡੇ ਉੱਤੇ ਰਾਜ ਕੀਤਾ, ਜਦੋਂ ਤੇਰੀ ਅਸਾਂ ਮੰਗ ਕੀਤੀ ਉਹਨਾਂ ਬੜਾ ਇਤਰਾਜ਼ ਕੀਤਾ, ਜ਼ਰਾ ਯਾਦ ਕਰ ਕਪਟੀਆਂ ਫਰੰਗੀਆਂ ਕਿੰਨੇ ਫਾਹੇ ਲਾਏ, ਨੀ ਆਜ਼ਾਦੀਏ ਆ ਨੀ ਆਜ਼ਾਦੀਏ ਬਹਿ ਨੀ ਆਜ਼ਾਦੀਏ, ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ, ਤੂੰ ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ। ਕਿਆ ਬਾਤ ਹੈ, ਕਿਵੇਂ ਕਿਵੇਂ ਸੋਚ ਕਿਵੇਂ ਤੇਰਾ ਬਣਿਆ, ਬਣਾਇਆ ਕਿਹਨਾਂ ਇਤਿਹਾਸ ਏ, ਇਹ ਜੱਗੋਂ ਬਾਹਰਾ ਤੇ ਨਿਆਰਾ ਹੈ ਐਸਾ ਮੇਰਾ ਵਿਸ਼ਵਾਸ ਏ, ਕਰ ਛੱਡਿਆ ਸ਼ਹੀਦ ਉਹਨਾਂ ਸਾਡੇ ਦੋ ਗੁਰੂ ਸਾਹਿਬਾਨਾਂ ਤਾਈ, ਡਰੂ ਡਰਪੋਕਾਂ ਕੁੜੀਆਂ ਦੇ ਡੋਲੇ ਦਿੱਤੇ ਉਹਨਾਂ ਕਹਿਰਵਾਨਾਂ ਤਾਈ, ਕੀ ਨਹੀਂ ਉਹ ਕੀਤਾ ਗੁਰੂ ਖਾਲਸੇ, ਕੀ ਨਹੀਂ ਉਹ ਕੀਤਾ ਗੁਰੂ ਖਾਲਸੇ, ਆਪਣੀ ਜ਼ੁਬਾਨੀ ਦੱਸ ਨੀ ਆਜ਼ਾਦੀਏ, ਆ ਨੀ ਆਜ਼ਾਦੀਏ ਬਹਿ ਨੀ ਆਜ਼ਾਦੀਏ, ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ, ਤੂੰ ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ। ਦੇਸ਼ ਨੂੰ ਬਚਾਉਣ ਲਈ ਸਿੱਖਾਂ ਆਪਾਂ ਵਾਰ ਛੱਡਿਆ, ਇਹਨਾਂ ਮੰਨਦਿਆਂ ਖੋਟਿਆਂ ਸਾਨੂੰ ਕਰ ਤਾਰ ਤਾਰ ਛੱਡਿਆ, ਜਿਹੜੇ ਉੱਚੀ ਉੱਚੀ ਕਹਿਣ ਅੱਜ ਸਾਡੇ ਦੇਸ਼ ਦੀ ਆਜ਼ਾਦੀ ਏ, ਫਿਰ ਕਿਉਂ ਦੇਸ਼ ਵਾਸੀਆਂ ਦੀ ਨਿੱਤ ਹੁੰਦੀ ਬਰਬਾਦੀ ਏ, ਜੱਗੋਂ ਬਾਹਰੇ ਪਾਪ ਉੱਥੇ ਅੱਜ ਹੁੰਦੇ ਨੀ ਆਜ਼ਾਦੀਏ, ਆ ਨੀ ਆਜ਼ਾਦੀਏ ਬਹਿ ਨੀ ਆਜ਼ਾਦੀਏ, ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ, ਤੂੰ ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ। ਹਰਕੀਰ ਸਿੰਘ ਜੀ ਆਖਰੀ ਬੰਦ ਆ ਬਈ, ਜੋ 11 ਕਦੇ ਕੀਤਾ ਸੀ ਅੱਜ ਉਹੀ ਆਪਣੇ ਕਰਾਉਂਦੇ ਨੇ, ਜਿਹੜਾ ਗੌਰ ਫਰਮਾਉਣਾ, ਜੋ 11 ਕਦੇ ਕੀਤਾ ਸੀ ਅੱਜ ਉਹੀ ਆਪਣੇ ਕਰਾਉਂਦੇ ਨੇ,
ਗੱਲ ਦੋਸ਼ੀਆਂ ਦੇ ਹਾਰ ਪੈਂਦੇ ਨਿਰਦੋਸ਼ਾਂ ਮਰਵਾਉਂਦੇ ਨੇ ਵੇਖ ਅਮੀਰਾਂ ਦੀ ਅਮੀਰੀ ਦਾ ਵੇਖ ਅਮੀਰਾਂ ਦੀ ਅਮੀਰੀ ਦਾ ਹਰ ਪਾਸੇ ਮਾਣ ਤਾਣੇ ਦੁਖੀ ਦਿਲਗੀਰਾਂ ਦਾ ਨਿਤ ਹੁੰਦਾ ਭੋਗਲ ਘਾਣੇ ਤੈਨੂੰ ਮਹਿੰਗੇ ਭਾਲ ਲੈ ਕੇ ਅਸੀਂ ਤੈਨੂੰ ਮਹਿੰਗੇ ਭਾਲ ਲੈ ਕੇ ਅਸੀਂ ਕੀ ਖੱਟਿਆ ਆਜ਼ਾਦੀਏ ਆ ਨੀ ਆਜ਼ਾਦੀਏ ਬਹਿ ਨੀ ਆਜ਼ਾਦੀਏ ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ ਤੂੰ ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ ਕੋ ਸਾਨੂੰ ਵੀ ਪਤਾ ਲੱਗੇ ਤੂੰ ਕੀ ਕਹਿਣਾ ਚਾਹੁੰਦੀ ਏ ਕਹਿ ਨੀ ਆਜ਼ਾਦੀਏ ਕੀ ਬਾਤ ਹੈ ਬਹੁਤ ਖੂਬ ਪੋਗਲ ਜੀ ਬਹੁਤ ਵਧੀਆ ਲਿਖਿਆ ਤੁਸੀਂ ਔਰ ਤੁਸੀਂ ਉਹ ਪੁਰਾਤਨ ਭਾਰਤ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਤਨ ਭਾਰਤ ਹੋਰ ਜਿਹੜਾ ਹੁਣ ਦਾ ਭਾਰਤ ਹੈ ਉਹਨੂੰ ਲੈ ਕੇ ਜੋ ਤੁਸੀਂ ਲਿਖਿਆ ਬਹੁਤ ਖੂਬ ਲਿਖਿਆ ਔਰ ਵਾਕਈ ਹੀ ਇਹ ਗੱਲਾਂ ਜਿਹੜੀਆਂ ਅਸੀਂ ਵੇਖ ਸਕਦੇ ਹਾਂ ਕਿ ਇਸ ਟਾਈਮ ਹੋ ਰਹੀਆਂ ਹਨ ਅਤੇ ਕਿਹੜੀ ਕਿਹੜੀਆਂ ਹੋਰ ਗੱਲਾਂ ਦੀ ਲੋੜ ਹੈਗੀ ਹੈ ਮੈਂ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਉਹ ਵੀ ਸਾਨੂੰ ਫੋਨ ਕਰਨ ਅਤੇ ਕੰਕਲੂਜਨ ਦੱਸਣ ਕਿ ਕਿਹੜੇ ਕਿਹੜੇ ਗੱਲਾਂ ਦੇ ਨਾਲ ਔਰ ਕਿਹੜੀ ਕਿਹੜੀ ਗੱਲਾਂ ਦੇ ਨਾਲ ਭਾਰਤ ਅੱਗੇ ਵੱਧ ਸਕਦਾ ਹੈ ਆ ਰਹੇ ਹਾਂ ਇਸ ਬ੍ਰੇਕ ਤੋਂ ਉਸ ਬਾਅਦ